देखियो किसानों फिर लाभ होना है, ये कानून वापस करावांगे और वापस करा के छड़ांगे जो मर। केंद्र सरकार वालों लागू किए खेती आर्डिनेंस के विरोध में बीते दिन ही किसान जथेबंदियों वालों पंजाब बंद की कॉल दी गई थी, जिसनों भारी समर्थन भी गुरदासपुर विच मिलिया। गुरदासपुर विच दीना नगर विच श्रोमणी अकाली दल ने ट्रैक्टर रैली कर जम्मू अमृतसर नैशनल हाईवे बंद करके किसानों के हक विच रोस प्रदर्शन किया, जिसकी अगवाई श्रोमणी अकाली दल के जिला प्रधान गुरबचन सिंह बबिहारी ने की है। इस मौके उन्होंने कहा कि कांग्रेस सरकार सिर्फ इन किसानों दी वोटां लैण लई इस बिल का विरोध कर रही है। ਸਾਡੇ ਸਤਿਕਾਰਯੋਗ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜੀ ਦੇ ਦਿਸ਼ਾ ਨਿਰਦੇਸ਼ ਸੀ ਅਤੇ ਸਾਡੇ ਪ੍ਰਧਾਨ ਸਰਦਾਰ ਗੁਰਭਜਨ ਸਿੰਘ ਜੀ ਬੱਬੇਹਾਲੀ ਦੀ ਅਗਵਾਈ ਦੇ ਵਿੱਚ ਅਸੀਂ ਅੱਜ ਕਾਦੀਆਂ ਹਲਕੇ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਇੱਥੇ ਹਾਈਵੇ 'ਤੇ ਅੱਜ ਧਰਨਾ ਲਾਇਆ। ਸਿਰਫ ਕਿਸਾਨੀ ਦੇ ਜੋ 3 ਆਰਡੀਨੈਂਸ ਕਾਲੇ ਕਾਨੂੰਨ ਭਾਰਤ ਸਰਕਾਰ ਨੇ ਪਾਸ ਕੀਤੇ ਨੇ, ਸ਼੍ਰੋਮਣੀ ਅਕਾਲੀ ਦਲ ਲੜਦਾ ਰਿਹਾ ਹਰ ਘੜੀ 'ਤੇ ਹਰ ਮੋੜ 'ਤੇ ਇਹਦੇ ਨਾਲ ਕਿ ਇਹ ਕਾਨੂੰਨ ਨਾ ਪਾਸ ਕਰੋ। ਜੋ ਕਿਸਾਨ ਕਹਿੰਦੇ ਨੇ ਜੇ ਕਾਨੂੰਨ ਕਿਸਾਨਾਂ ਦੇ ਹੱਕ 'ਚ ਨੇ ਤਾਂ ਫਿਰ ਉਹ ਕਿਉਂ ਐਜੀਟੇਸ਼ਨ ਕਰ ਰਹੇ ਨੇ? ਉਹਨਾਂ ਦੀ ਰਾਏ ਜ਼ਰੂਰ ਲਈ ਜਾਏ ਜਿਨ੍ਹਾਂ ਦੇ ਹੱਕ 'ਚ ਕਾਨੂੰਨ ਬਣਾਉਣੇ ਨੇ, ਪਰ ਕੋਈ ਸੁਣਵਾਈ ਨਹੀਂ ਹੋਈ। ਅਤੇ ਫਿਰ ਸਾਡੇ ਬੀਬਾ ਜੀ ਨੇ ਅਸਤੀਫਾ ਦਿੱਤਾ, ਸਾਡੇ ਪ੍ਰਧਾਨ ਜੀ ਨੇ ਕੱਲ੍ਹ ਤਲਵੰਡੀ ਸਾਹਿਬ 'ਚ ਐਲਾਨ ਕੀਤਾ ਕਿ ਜਦੋਂ ਤੱਕ ਇਹ ਕਾਨੂੰਨ ਵਾਪਸ ਨਹੀਂ ਲੈਣਗੇ ਉਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਨਾਲ ਰਿਹਾ ਅਤੇ ਗਾਂਹ ਵੀ ਰਹੇਗਾ, ਜੋ ਕੁਰਬਾਨੀ ਦੇਣੀ ਪਈ ਦੇਵੇਗਾ। ਇਹ ਜਿਹੜਾ ਸਾਡਾ ਚੱਲ ਰਿਹਾ ਪ੍ਰੋਗਰਾਮ ਪ੍ਰਧਾਨ ਜੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵੱਲੋਂ ਅੱਜ ਪੰਜਾਬ 'ਚ ਸਾਰੇ ਥਾਂ ਅਸੀਂ ਰੋਸ ਵਿਚਾਰੇ ਚੱਕੇ ਜਾਮ ਕਰ ਰਹੇ ਨੇ ਸਾਰਿਆਂ ਹਲਕਿਆਂ ਦੇ ਇੰਚਾਰਜਾਂ ਨੇ, ਸਾਡੇ ਹਲਕੇ ਵਿੱਚ ਵੀ ਕੀਤਾ ਔਰ ਪੰਜਾਬ ਚੱਲ ਰਿਹਾ। ਸੈਂਟਰ ਸਰਕਾਰ ਦੀਆਂ ਅੱਖਾਂ ਖੋਲ੍ਹਣ ਵਾਸਤੇ ਕਿ ਪੰਜਾਬ ਦਾ ਕਿਸਾਨ ਮਜ਼ਦੂਰ ਵਪਾਰੀ ਤੁਹਾਡੇ ਉਲਟਿਆ, ਇਹ ਕਾਲਾ ਕਾਨੂੰਨ ਜਿਹੜਾ ਇਹ ਵਾਪਸ ਲਿਆ ਜਾਏ। ਇਹ ਕਿਸਾਨ ਦੇ ਹਿੱਤ 'ਚ ਨਹੀਂ ਗਾ, ਇਹ ਪ੍ਰਾਈਵੇਟੇਸ਼ਨ ਹੋ ਜਾਏਗੀ, ਸਰਮਾਏਦਾਰ ਆਉਣਗੇ ਮਰਜ਼ੀ ਨਾਲ ਇੱਥੇ ਮੁੱਲ ਲਾਉਣਗੇ। ਪ੍ਰਾਈਵੇਟੇਸ਼ਨ ਜਿਹੜੀ ਸਰਮਾਏਦਾਰੀ ਆ ਇਹ ਹਮੇਸ਼ਾ ਕਿਸਾਨਾਂ ਦੇ ਉਲਟ ਰਹੀ ਆ। ਮੈਂ ਕੋਪਰੇਟ ਦੀਆਂ ਬੜੀਆਂ ਇਲੈਕਸ਼ਨਾਂ 'ਚ ਚੰਗੇ ਅਹੁਦਿਆਂ 'ਤੇ ਵੀ ਰਿਹਾ, ਮੈਂ ਬੋਲਦਾ ਰਿਹਾ ਉਹ ਜੱਟੋ ਕਿਸਾਨੋਂ ਇਹ ਗੰਨਾ ਕੋਪਰੇਟ ਦੀਆਂ ਮਿੱਲਾਂ ਨੂੰ ਨਾ ਬੰਦ ਕਰੋ, ਇਹ ਪ੍ਰਾਈਵੇਟ ਵਾਲਿਆਂ ਤੁਹਾਨੂੰ ਮਾਰ ਦੇਣਾ ਜੇ। ਇਹਨਾਂ ਲਾਲਚ ਦੇ ਕੇ ਸਾਡੇ ਬੰਦਿਆਂ ਨੂੰ ਪਹਿਲਾਂ ਕਿਸਾਨਾਂ ਨੂੰ ਗੰਨਾ ਲਿਆ ਉੱਥੇ ਨਗਦ ਪੇਮੈਂਟ ਕਰਕੇ, ਫਿਰ ਮੈਂ ਕਹਿਣਾ ਨਹੀਂ ਚਾਹੁੰਦਾ ਹੋਰ ਵੀ ਗੱਲਾਂ ਡਰਾਈਵਰਾਂ ਨੂੰ ਲਾਲਚ ਦਿੰਦੇ ਰਹੇ ਅਤੇ ਸਾਰਾ ਗੰਨਾ ਉੱਥੇ ਲੈ ਲਿਆ। ਜਦੋਂ ਪਤਾ ਲੱਗਾ ਇਹਦੇ ਸਰਕਾਰੀ ਸਹਿਕਾਰਤਾ ਮਿੱਲਾਂ ਨਾਲੋਂ ਬਾਂਡ ਕੱਟੇ ਗਏ ਅਤੇ ਹੁਣ ਪ੍ਰਾਈਵੇਟ ਵਾਲੇ ਜਿਹੜੇ ਨੇ ਉਹ ਪੇਮੈਂਟ ਨਹੀਂ ਕਰਦੇ। ਇਸ ਕਰਕੇ ਸਰਮਾਏਦਾਰੀ ਦਾ ਪ੍ਰਾਈਵੇਟੇਸ਼ਨ ਹੋਣਾ ਬਹੁਤ ਮਾੜੀ ਗੱਲ ਆ। ਇਹ ਸਰਕਾਰੀ ਮੰਡੀਆਂ ਰਹਿਣੀਆਂ ਚਾਹੀਦੀਆਂ ਨੇ, ਸਰਕਾਰੀ ਖਰੀਦ ਰਹਿਣੀ ਚਾਹੀਦੀ ਆ। ਇਸ ਕਰਕੇ ਸਾਰੀ ਗੱਲ ਨੂੰ ਮੁੱਖ ਰੱਖ ਕੇ ਜਿਹੜਾ ਕਾਂਗਰਸ ਨੇ ਮੁੱਢ ਬੰਨਿਆ ਸੀਗਾ 2017 'ਚ, ਇਹਨਾਂ ਨੇ ਇਹ ਮੁੱਢ ਬੰਨਿਆ, ਕਾਨੂੰਨ ਬਣਾਇਆ, ਚੋਣ ਮੈਨੀਫੈਸਟੋ 'ਚ ਪੰਜਾਬ ਵਾਲਿਆਂ ਵੀ ਕਿਹਾ ਕਾਂਗਰਸ ਵਾਲਿਆਂ, ਅਤੇ 19 ਵਿੱਚ ਪਾਰਲੀਮੈਂਟ 'ਚ ਰਾਹੁਲ ਗਾਂਧੀ ਨੇ ਵੀ ਇਹ ਜਾਰੀ ਕੀਤਾ। ਅਤੇ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਕੈਪਟਨ ਅਮਰਿੰਦਰ ਸਿੰਘ ਹੋਣੀ ਇਹ ਸਹਿਮਤੀ ਦੇ ਕੇ ਆਏ ਨੇ 19 ਦੇ ਵਿੱਚ। ਮਨਪ੍ਰੀਤ ਜਿਹੜਾ ਇਹ ਬੰਬੇ ਮੀਟਿੰਗ ਹੋਈ ਉਹ 'ਚ ਸਹਿਮਤੀ ਦੇ ਕੇ ਆਏ, ਇਹਨਾਂ ਕਿਹੜਾ ਬੋਲਣਾ ਆ? ਅਸੀਂ ਤਾਂ ਸਾਰੀ ਗੱਲ ਦੱਸਤੀ ਹੈ। ਇੱਥੇ ਕਈ ਪੱਤਰਕਾਰ ਵੀਰ ਕਹਿੰਦੇ ਰਹੇ ਨੇ ਵਿਰੋਧੀ ਪਾਰਟੀਆਂ ਵਾਲੇ ਸਰਦਾਰ ਸੁਖਬੀਰ ਸਿੰਘ ਬਾਦਲ ਇਹ ਕਹਿੰਦਾ ਕੁਰਬਾਨੀ ਦੇ ਦਿਆਂਗੇ, ਅਤੇ ਆਂਦੇ ਦੇਣੀ ਕਦੋਂ ਆ? ਇਹਨਾਂ ਨੂੰ ਬੰਦਾ ਪੁੱਛੇ ਵੀ ਫੌਜੀ ਆਉਂਦੇ ਨੇ ਸ਼ਹੀਦ ਹੋ ਜਾਣਗੇ, ਕੁਰਬਾਨੀ ਦੇ ਲੜਾਈ ਲੱਗਣੀ ਉਦੋਂ ਹੀ ਆ ਨਾ, ਪਹਿਲਾਂ ਕੀ ਹੋਣਾ? ਇਸ ਕਰਕੇ ਹੁਣ ਜੋ ਪਾਰਲੀਮੈਂਟ 'ਚ ਗੱਲ ਗਈ ਉਹਨਾਂ ਸਾਡੀ ਨਹੀਂ ਮੰਨੀ ਅਤੇ ਫਿਰ ਦਿੱਤੀ ਕਿ ਨਹੀਂ ਕੁਰਬਾਨੀ, ਵੋਟ ਵੀ ਉਲਟ ਪਾਈ ਅਤੇ ਮੁੱਖ ਮੰਤਰੀ ਸ਼ਿਪ ਛੱਡੀ ਪਾਰਲੀਮੈਂਟ ਦੇ ਵਿੱਚ, ਉਹਨਾਂ ਮੰਤਰੀ ਸ਼ਿਪ ਛੱਡੀ ਭੈਣ ਜੀ ਹਰਸਿਮਰਨ ਕੌਰ ਬਾਦਲ ਨੇ, ਆ ਇੰਨੇ ਬੰਦੇ ਨੇ ਭਾਈ ਸਾਡੀ ਪਾਰਟੀ ਦੇ ਕਹੋ ਕੋਈ ਮੈਂਬਰੀ ਛੱਡ ਕੇ ਦੱਸ ਦੇ, ਦਿੱਤੀ ਕਿ ਨਹੀਂ ਕੁਰਬਾਨੀ? ਹੁਣ ਸਾਰੇ ਚੁੱਪ ਕਰ ਗਏ ਨੇ ਅਤੇ ਹੁਣ ਤਾਂ ਲੇਟ ਦਿੱਤਾ ਸੀ ਵਾ, ਇਹਨੂੰ ਪੁੱਛੋ ਅਸੀਂ ਤਾਂ ਲੇਟ ਦਿੱਤਾ ਹੁਣ ਤੁਸੀਂ ਦਿਓ ਭਲਾ। ਸੋ ਇਸ ਕਰਕੇ ਵੀਰੋ ਇਹ ਗੱਲਾਂ ਜਿਹੜੀਆਂ ਸਿਆਸੀ ਕਰਦੇ ਫਿਰਦੇ ਨੇ, ਸਾਡੀ ਕਿਸਾਨਾਂ ਦੀ ਪਾਰਟੀ ਆ, ਬਾਦਲ ਸਾਹਿਬ ਨੇ ਪਹਿਲਾਂ ਵੀ ਕਿਸਾਨਾਂ ਨੂੰ ਵੱਡੀ ਵੱਡੀ ਰਿਲੀਫ ਦਿੱਤੀ ਆ ਔਰ ਸਾਡੀ ਲੜਾਈ ਵਿੱਚ ਤੁਸੀਂ ਵੇਖਿਓ ਕਿਸਾਨਾਂ ਨੂੰ ਫਿਰ ਇਹਦਾ ਲਾਭ ਹੋਣਾ ਆ, ਇਹ ਕਾਨੂੰਨ ਵਾਪਸ ਕਰਾਵਾਂਗੇ ਔਰ ਵਾਪਸ ਕਰਾ ਕੇ ਛੱਡਾਂਗੇ ਜੋ ਮਰਜ਼ੀ ਹੋਵੇ। ਸਮਰਥਨ ਜਿਹੜਾ ਆ ਉਹ ਸਾਡਾ ਜਿਹੜਾ ਸੀ ਅਸੀਂ ਇਹਦਾ ਕਰਦੇ ਰਹੇ ਹਾਂ, ਇਸ ਕਰਕੇ ਕਿ ਉਹ ਸਾਨੂੰ ਇਹ ਗੱਲ ਕਹਿੰਦੇ ਰਹੇ ਨੇ ਪ੍ਰਧਾਨ ਜੀ ਨੂੰ ਵੀ ਅਸੀਂ ਇਹ ਕਾਨੂੰਨ ਵਿੱਚ ਸੋਧ ਕਰਕੇ ਪ੍ਰਾਈਵੇਟੇਸ਼ਨ ਦੀ ਗੱਲ ਕੱਢ ਦਿਆਂਗੇ, ਮਿਨੀਮਮ ਸਪੋਰਟਸ ਪ੍ਰਾਈਜ਼ ਦੀ ਗੱਲ ਕੱਢ ਦਿਆਂਗੇ। ਅਤੇ ਜਦੋਂ ਇਹਨਾਂ ਏਜੰਡਾ ਵੇਖਿਆ ਇਹ ਨਹੀਂ ਕੱਢੀ ਪਾਰਲੀਮੈਂਟ 'ਚ ਲੈਣ ਦਾ, ਅਤੇ ਫਿਰ ਪ੍ਰਧਾਨ ਜੀ ਨੇ ਵੋਟ ਉਲਟ ਪਾਤੀ ਅਤੇ ਫਿਰ ਆ ਗਈ ਕੈਬਨਿਟ ਮੰਤਰੀ ਦੀ ਅਸਤੀਫੇ ਦੀ ਗੱਲ, ਆਂਦੇ ਨਹੀਂ ਦੇਣਾ, ਫਿਰ ਉਹ ਵੀ ਦੇ ਕੇ ਦੱਸਤਾ। ਸੋ ਇੱਕ ਸਮੇਂ ਦੇ ਮੁਤਾਬਿਕ ਗੱਲ ਹੁੰਦੀ ਆ। ਜਿਹੜੀ ਵਾਰ ਵਾਰ ਗੱਲ ਕਹਿੰਦੇ ਨੇ ਵੀ ਅਲਾਇੰਸ ਆ ਜੀ ਤੁਹਾਡਾ BJP ਨਾਲ, ਤੁਹਾਡਾ ਸਮਝੌਤਾ ਆ, ਇਹਨੂੰ ਪੁੱਛੇ ਗੱਲ ਬੰਦਾ ਵੀ ਸਮਝੌਤਾ ਟੁੱਟਣਾ ਜਾਂ ਹੋਣਾ ਉਹ ਤਾਂ ਬਾਈ 'ਚ ਲੱਗਣਾ ਪਤਾ।
हूँ कहता तो उन्होंने कहता ना उन्होंने सरकार पंजाब बीजेपी की जी सुटनी अही तो ना सा जी उन्हें सुटनी आ हूँ एवं गल करिए तो एक समय के मुताबिक वेखा जी गल होगी अकाली दल किसानों की पार्टी है किसानों के हित जिहड़ी मर्जी गल हो जाए कुर्बानी देनी पई जो प्रधान जी प्रोग्राम बनाएंगे दिल्ली जाना दिल्ली चलेंगे पहली नूं गवर्नर नूं मेमोरेंडम देना बड़ा वड्डा काफला जाना 10-20 हज़ार गड्डियां जानियां ने मोहाली कट्ठे होना असीं ते दरबार साहब मत्था टेक के प्रधान जी दे नाल जाना असीं ते उस तों बाद जे दिल्ली कहेंगे जावांगे जेल च कहेंगे जेल च जावांगे जिहड़ी भी गल होएगी असीं किसानां दे नाल आ किसान मुद्दे से कट्ठे होना चाहिए किसी सियासी गल जी है किसी के खिलाफ दूषणबाजी नहीं करनी चाहिए।